ਕੌਨਫੀਡੈਂਸ ਹੋਵੇ ਤਾਂ ਇਦਾਂ ਜਦ ਕਹਿੰਦੇ ਵੀ ਕਿਹਨੂੰ ਪਈ ਆ ਕਿ ਨਾਰ ਛੱਡ ਕੇ ਸੁਨੱਖੀ ਹੋਰ ਕੀ ਭਾਲਦਾ ਇਹ ਤੁਹਾਨੂੰ ਛੱਡ ਗਿਆ ਬਾਕੀ ਸਾਰੀ ਕੁੜੀਆਂ ਦੇ ਕੋਲ ਕੁਛ ਨਾ ਕੁਛ ਭਾਲਦਾ ਜਿਹਦੇ ਸਬੂਤ ਮੈਂ ਪਹਿਲੇ ਦੇ ਚੁੱਕਾ ਨਹੀਂ ਯਕੀਨ ਤਾਂ ਜਿਹੜੇ ਨਵੇਂ ਆਏ ਆ ਪੁਰਾਣੀ ਵੀਡੀਓ ਜਾ ਕੇ ਦੇਖ ਲਓ ਦੀਪ ਮਠਾਉਰੀ ਜਿੱਥੇ ਲਿਖਿਆ ਆ ਮਹੀਨਾ ਪੁਰਾਣੀ ਗੱਲ ਹੀ ਆ ਇਹ ਬਥੇਰਾ ਕੁਛ ਭਾਲਦਾ ਸੀਗਾ ਪਰ ਅੱਜ ਆਪਾਂ ਗੱਲ ਕਰਾਂਗੇ ਦੀਪ ਮਠਾਉਰੀ ਦੇ ਡੇਲੀ ਵਲੌਗਿੰਗ ਬਾਰੇ ਅੱਜ ਕੋਈ ਐਕਸਪੋਜ਼ ਨਹੀਂ ਹੋਣ ਲੱਗਾ ਕਿਉਂਕਿ ਐਕਸਪੋਜ਼ ਪਹਿਲੇ ਕਰਦਾ ਉਸ ਤੋਂ ਬਾਅਦ ਦੀਪ ਮਠਾਉਰੀ ਜੀ ਨੇ ਬੜੀਆਂ ਚਾਲਾਂ ਚੱਲੀਆਂ ਸੋ ਅੱਜ ਆਪਾਂ ਗੱਲ ਕਰਾਂਗੇ ਦੀਪ ਮਠਾਉਰੀ ਦੀ ਡੇਲੀ ਵਲੌਗਿੰਗ ਸੋ ਕਿੱਦਾਂ ਕੀ ਹਾਲ ਚਾਲ ਆ ਹੋਪਸ ਸਾਰਿਆਂ ਨੇ ਵਧੀਆ ਤੇ ਠੀਕ ਠਾਕ ਹੋਣਗੇ ਵੈਲਕਮ ਅਗੇਨ ਟੂ ਕਰਨ ਦਿੱਤਾ ਵਾਈਨਸ ਪਿਛਲੇ ਕੁਝ ਦਿਨਾਂ ਤੋਂ ਮੇਰੀ ਵੀਡੀਓਜ਼ ਨਹੀਂ ਆ ਰਹੀ ਸੀ ਐਂਡ ਜਿਹੜੀ ਮੇਰੀ ਪੁਰਾਣੀ ਵੀਡੀਓ ਸੀਗੀ ਅਰਮਾਨ ਮਲਿਕ ਵਾਲੀ ਉਹ ਵੀ ਰਿਮੂਵ ਹੋ ਗਈ ਸੀ ਕਿਉਂ ਕਿਉਂਕਿ ਮੇਰੇ ਚੈਨਲ ਤੇ ਆ ਗਈ ਸੀ ਸਟ੍ਰਾਈਕ ਤੇ ਸਟ੍ਰਾਈਕ ਕਰਕੇ ਮੈਂ 7 ਦਿਨ ਕੁਝ ਨਹੀਂ ਪਾ ਸਕਦਾ ਹੁਣ ਮੇਰੇ ਕੋ ਮਤਲਬ ਕਿ 1-3 ਮਹੀਨੇ ਸਟ੍ਰਾਈਕ ਚੱਲਣੀ ਹੈ ਇਹ ਤੇ ਮੈਂ ਸਟ੍ਰਾਈਕ ਕਰਕੇ ਕੁਝ ਵੀ ਅਪਲੋਡ ਨਹੀਂ ਕਰ ਸਕਦਾ ਕੋਈ ਵੀ ਐਸੀ ਚੀਜ਼ ਅਪਲੋਡ ਨਹੀਂ ਕਰ ਸਕਦਾ ਨਾ ਕੋਈ ਸ਼ਾਰਟਸ ਪਾ ਸਕਦਾ ਹੈ ਨਾ ਲਾਈਵ ਪਾ ਸਕਦਾ ਸੀਗਾ ਨਾ ਹੀ ਕੋਈ ਵੀਡੀਓ ਪਾ ਸਕਦਾ ਸੀਗਾ ਸੋ ਮੈਂ ਕਿਹਾ ਚਲੋ ਉਨੀ ਹੁਣ ਵਿਹਲੇ ਬੈਠੇ ਵੇਟ ਹੀ ਕਰ ਲੈਨੇ ਆ ਨਾ ਹੀ ਕੋਈ ਕਮਿਊਨਿਟੀ ਪੋਸਟ ਇੰਸਟਾਗ੍ਰam ਤੇ ਜਿਹੜੇ ਫੋਲੋ ਕਰਦੇ ਉਹਨੂੰ ਪਤਾ ਲੱਗ ਗਿਆ ਹੋਣਾ ਕਿ ਹਾਂ ਕਿ ਮੇਰੇ ਚੈਨਲ ਤੇ ਸਟ੍ਰਾਈਕ ਆਈ ਸੀਗੀ ਅੱਜ ਸਟ੍ਰਾਈਕ ਦਾ ਜਿਹੜਾ ਪੜਾਸ ਨਿਕਲੀ ਪਈ ਆ ਸਾਰੀ ਕੱਢਦੇ ਆ ਮਠਾਰੂ ਸਾਹਿਬ ਤੇ ਅਰੇ ਪਤੰਦਰਿਆ ਜ਼ਿਲ੍ਹਾ ਜਲੰਧਰ ਆ ਨੀ ਤੇਰਾ ਯਾਰ ਪਤੰਦਰਿਆ ਕੀ ਸਭ ਤੋਂ ਮਹਿੰਗੀ ਕਰੀਮ ਜੋ ਕਿਸੇ ਪਤਨੀ ਦੇ ਚਿਹਰੇ ਤੇ ਚਮਕ ਲਾ ਸਕਦੀ ਹੈ ਉਹ ਹੈ ਉਸਕੇ ਪਤੀ ਕੀ ਇਮਾਨਦਾਰੀ ਇਮਾਨਦਾਰੀ ਦੀ ਗੱਲਾਂ ਵੀ ਕੌਣ ਕਰਦਾ ਪਿਆ ਦੀਪ ਮਠਾਰੂ ਨੇ ਆਪਣੀ ਇੰਸਟਾਗ੍ਰam ਤੇ ਆ ਸਟੋਰੀ ਪਾਈ ਹੋਈ ਸੀ ਮੈਂ ਦੇਖ ਕੇ ਹੱਸੀ ਆਵਾਂ ਕਿ ਸਾਲਿਆ ਕਿਹੜੀਆਂ ਗੱਲਾਂ ਕਰੀਆਂ ਨਾ ਨਾਲੇ ਇਹਦੀ ਸਹੇਲੀ ਸੌਰੀ ਇਹਦੀ ਵੋਟੀ ਵੀ ਪਾਉਂਦੀ ਤੇ ਮੈਂ ਮੰਨ ਸਕਦਾ ਸੀ ਕਿ ਹਾਂ ਚਲ ਠੀਕ ਆ ਅਗਲੀ ਨੇ ਗੱਲ ਕੀਤੀ ਕਿ ਹਾਂ ਦੁਨੀਆ ਦੀ ਸਭ ਤੋਂ ਮਹਿੰਗੀ ਕਰੀਮ ਪਤੀ ਦੀ ਇਮਾਨਦਾਰੀ ਦੀ ਜਿਹੜੀ ਕਰਕੇ ਕੁੜੀ ਦੇ ਮੂੰਹ ਤੇ ਗਲੋ ਆਉਂਦਾ ਵਾਈਫ ਦੇ ਮੂੰਹ ਤੇ ਗਲੋ ਆਉਂਦਾ ਬੜਾ ਇਮਾਨਦਾਰ ਕਿੱਥੋਂ ਆ ਸਾਲੇ ਨੇ ਸਾਰਾ ਕੁਝ ਦੱਬ ਕੇ ਰੱਖ ਲਿਆ ਚਲੋ ਠੀਕ ਆ ਗੱਲ ਬਾਹਰ ਨਹੀਂ ਆਈ ਅੱਗੇ ਵੀ ਬੜੇ ਸ਼ਰਮ ਹੋਈ ਫਿਰਦੇ ਵੀ ਹੋ ਗਿਆ ਉਹਨਾਂ ਨੂੰ ਦੇਖ ਦੂ ਕੇ ਚਲੋ ਕੋਈ ਗੱਲ ਨਹੀਂ ਉਹ ਚੱਕਰ ਪਤਾ ਕੀ ਹੈ ਮੇਨ ਗੱਲ ਇਹ ਬੇਇੱਜ਼ਤੀ ਤੋਂ ਡਰਦੇ ਆ ਹੋਰ ਕੋਈ ਗੱਲ ਨਹੀਂ ਤੁਹਾਨੂੰ ਕੀ ਲੱਗਦਾ ਘਰੇ ਲੜਾਈਆਂ ਨਹੀਂ ਹੋਈਆਂ ਹੋਗੀਆਂ ਜਾਂ ਇਹਨਾਂ ਦੇ ਮਨ 'ਚ ਨਫ਼ਰਤ ਨਹੀਂ ਪਤਾ ਹੋਗੀ ਸਭ ਕੁਝ ਹੋਇਆ ਆ ਬਸ ਤੁਹਾਨੂੰ ਸਹੀ ਦਿਖਾਣਾ ਕਿ ਹਾਂ ਨਹੀਂ ਐਵਰੀਥਿੰਗ ਇਜ਼ ਓਕੇ ਵੀ ਆਰ ਕੂਲ ਇਦਾਂ ਹੁੰਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਹੀ ਬਸ ਸਟੋਰੀਆਂ ਰੀਲਾਂ ਪਾਉਂਦੇ ਫਿਰਦੇ ਆ ਉਦਾਂ ਯੂ نو ਔਨ ਕੈਮਰਾ ਕੁਝ ਹੋਰ ਆ ਆਫ ਕੈਮਰਾ ਕੁਝ ਹੋਰ ਹੀ ਆ ਜਦੋਂ ਦੇ ਦੀਪ ਮਠਾਰੂ ਦੇ ਘਰੇ ਬੱਚਾ ਹੋਇਆ ਉਸ ਤੋਂ ਬਾਅਦ ਵਲੌਗ 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 ਹੀ ਵਲੌਗ ਆਉਂਦੇ ਰਹੇ ਪਹਿਲਾਂ ਤੁਹਾਨੂੰ ਪਤਾ ਨਾ ਕਿ ਅਗਰ ਤੁਸੀਂ ਮੇਰੇ ਪੁਰਾਣੇ ਸਬਸਕ੍ਰਾਈਬਰ ਹੋ ਤਾਂ ਤੁਹਾਨੂੰ ਪਤਾ ਹੀ ਹੋਣਾ ਕਿ ਹਾਂ ਕਿ ਦੀਪ ਮਠਾਰੂ ਕਿੱਦਾਂ ਦੇ ਵਲੌਗ ਪਾਉਂਦਾ ਕਿ ਸੰਦੀਪ ਨੂੰ ਇਹ ਹੋ ਗਿਆ ਸੰਦੀਪ ਨੂੰ ਬੁਖਾਰ ਚੜ ਗਿਆ ਸੰਦੀਪ ਨੇ ਕੱਪੜੇ ਲਿਆਦੇ ਸੰਦੀਪ ਨੇ ਇਹ ਕਰਤਾ ਸੰਦੀਪ ਨੇ ਉਹ ਕਰਤਾ ਸੰਦੀਪ ਬਲਾ 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 ਹੁਣ ਕੁੜੀ ਹੋ ਗਈ ਹੈ ਨਾ ਵਿਊ ਕੰਟੈਂਟ ਬਸ ਚੀਜ਼ਾਂ ਸੇਮ ਆ ਬਸ ਟਾਈਟਲ ਚੇਂਜ ਹੋਏ ਆ ਹਾਂ ਮੇਰੀ ਕੁੜੀ ਨੂੰ ਇਹ ਹੋ ਗਿਆ ਕੁੜੀ ਨੇ ਇਦਾਂ ਕੀਤਾ ਕੁੜੀ ਨੇ ਉਹਦਾ ਕੀਤਾ ਕੁੜੀ ਨੇ ਛਾਲ ਮਾਰਦੀ ਕੁੜੀ ਨੇ ਬਲਾ 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 ਹਰ ਗਿਆ ਸੋ ਅੱਜ ਆਪਾਂ ਕੁਝ ਕੁ ਪਹਿਲਾਂ ਤੁਹਾਨੂੰ ਟਾਈਟਲ ਪੜਾ ਦਵਾਂ ਫੇ ਦਿਖਾਵਾਂਗੇ ਕਿ ਇਹੋ ਜਿਹੇ ਪੇਰੈਂਟਸ ਹੋਣ ਨਾਲ ਉਹਨਾਂ ਭੈਣ ਚੋਂ ਬੰਦਾ ਬੇਔਲਾਦ ਹੀ ਚੰਗਾ ਕਿ ਹਾਂ ਠੀਕ ਆ ਐਟਲੀਸਟ ਜਿਹੜੀ ਔਲਾਦ ਆ ਉਹ ਤੇ ਇਹਨਾਂ ਅਤਿਆਚਾਰ ਜਾਂ ਕ੍ਰੂਐਲਟੀ ਨਾ ਹੋਵੇ ਭੈਣ ਚੋਂ ਜੋ ਹਿਸਾਬ ਨਾਲ ਆਪਣੇ ਨਿਆਣੇ ਦਾ ਹਾਲ ਕੀਤਾ ਨਾ ਉਹ ਵੀਡੀਓ 'ਚ ਦਿਖਾਉਂਗਾ ਡਾਕਟਰਾਂ ਨੇ ਕੁੜੀ ਨੂੰ ਮਸ਼ੀਨ 'ਚ ਰੱਖਤਾ ਧੀ ਰਾਣੀ ਦਾ ਘਰ ਵਿੱਚ ਧੂਮਧਾਮ ਨਾਲ ਕੀਤਾ ਸਵਾਗਤ ਬੇਟੀ ਦਾ ਨਾਮ ਪਹਿਲਾ ਹਾਹਾ ਅੱਖਰ ਤੋਂ ਨਿਕਲਿਆ ਅੱਜ ਤੁਹਾਨੂੰ ਦੱਸਾਂਗੇ ਬੇਟੀ ਦਾ ਨਾਮ ਹੁਣ ਤੱਕ ਸਾਡੀ ਸਭ ਤੋਂ ਸੋਹਣੀ ਲੋੜੀ ਹਰਗੁਣ ਆਪਣੇ ਮਾਸੀ ਨੂੰ ਦੇ ਕੇ ਖੁਸ਼ ਹੋਈ ਹਰਗੁਣ ਨਾਲ ਰਾਤ ਦਾ ਜਗਰਾਤਾ ਹਰਗੁਣ ਲਈ ਕੀਤਾ ਸ਼ਾਪਿੰਗ ਹਰਗੁਣ ਨਾਲ ਰਾਤ ਜਾ ਕੇ ਕੱਟੀ ਭੈਣ ਚੋਂ ਜਗਰਾਤਾ ਵੀ ਕਰ ਲਿਆ ਮਤਲਬ ਕਿ ਪਹਿਲਾਂ ਵੀ ਇੱਕ ਰਾਤ ਜਾ ਕੇ ਕੱਟੀ ਪਰ ਨਹੀਂ ਉਹ 'ਚ ਵਿਊ ਨਹੀਂ ਆਈ ਇੱਕ ਵਲੌਗ ਹੋਰ ਪਾਤਾ ਦੋ ਵਲੌਗ ਬਾਅਦ ਕਿ ਹਾਂ ਹਰਗੁਣ ਨਾਲ ਰਾਤ ਜਾ ਕੇ ਕੱਟੀ ਬ੍ਰੋ ਤੂੰ ਇਕੱਲਾ ਹੀ ਨਹੀਂ ਹੈਗਾ ਜਿਹੜਾ ਕਿ ਦੁਨੀਆ ਦੇ ਪੇਰੈਂਟ ਬਣਿਆ ਕਿ ਹਾਂ ਨਹੀਂ ਬਥੇਰੇ ਹੋਰ ਵੀ ਹੈਗੇ ਆ ਸੋ ਐਵੇਂ ਗੂਸੀਆਂ ਮੋਰਨਾ ਬੰਦ ਕਰ ਦੋ ਕਿ ਹਾਂ ਨਹੀਂ ਆਪਾਂ ਹੀ ਬਸ ਸਭ ਕੁਝ ਕਰਦੇ ਪਏ ਆ ਹਰਗੁਣ ਦੀ ਲੰਮੀ ਉਮਰ ਲਈ ਅਰਦਾਸ ਕਰਾਈ ਹਰਗੁਣ ਫੇਸ ਰਿਵੀਲ ਵਾਹ ਸਾਲੇ ਦਾ ਸੈਲੀਬ੍ਰਿਟੀ ਵਾਲੀ ਪੂਰੀ ਫੀਲਿੰਗ ਰਹਿੰਦੀ ਕਿ ਅਸੀਂ ਸਟਾਰ ਆ ਤਾਂ ਸਾਡੇ ਬੱਚੇ ਵੀ ਸਟਾਰ ਆ ਵੱਡਾ ਤੂੰ ਮੈਂ ਜੋ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਨਾਲ ਵਿਆਹ ਕਰਾਇਆ ਕਿ ਹਾਂ ਤੁਹਾਡਾ ਬੱਚਾ ਹੀ ਤੈਮੂਰ ਹੋਇਆ ਕਿ ਹਾਂ ਜਿਹੜੇ ਉਹ ਸ਼ਕਲ ਨਹੀਂ ਦਿਖਾਉਂਦੇ ਬਰਦਾ ਜੀ ਇਹਦੇ ਕੋਲੀ ਵੀ ਕੀਤਾ ਸੀ ਨਾ ਕੋਲੀ ਨੇ ਵੀ ਕਿ ਕੋਲੀ ਦੀ ਨੁਸਖਾ ਸ਼ਰਮਾ ਨੇ ਸੁਣਿਆ ਹੈਗਾ ਜਾਂ ਚਾਇਆ ਸੀਗਾ ਕਿ ਅਸੀਂ ਆਪਣਾ ਬੱਚਾ ਮੀਡੀਆ ਕੇ ਨਹੀਂ ਲੈ ਕੇ ਆਉਣਾ ਉਹਦੇ ਇਸ ਤੋਂ ਬਾਅਦ ਦੀਪ ਮਠਾਰੂ ਜੀ ਆਏ ਆ ਆਪਣਾ ਬੱਚਾ ਨਹੀਂ ਲੈ ਕੇ ਆਉਣਾ ਭਾਈ ਤੁਸੀਂ ਕੀ ਕਰਦੇ ਹੋ ਜਬੜੀਆਂ ਮਾਰਨ ਤੋਂ ਇਲਾਵਾ ਰਾਤ ਨੂੰ ਹਰਗੁਣ ਹੋ ਗਈ ਸੀ ਬਿਮਾਰ ਪੁੱਤ ਦੇ ਨੋਟ ਵਾਰ-ਵਾਰ ਸੁੱਟ ਦਿਓ ਸੰਦੀਪ ਨੇ ਦਿੱਤਾ ਮੰਮੀ ਨੂੰ ਸਰਪ੍ਰਾਈਜ਼ ਹਰਗੁਣ ਪਹਿਲੀ ਵਾਰ ਇੰਨਾ ਹੱਸੀ ਹਰਗੁਣ ਨੇ ਅੱਧੀ ਰਾਤ ਆਪਣੇ ਪਿਓ ਨੂੰ ਟੈਨਸ਼ਨ ਪਾਇਆ ਕਰ ਭੈਣ ਚੋ ਬੱਚੀ ਆ ਉਹਨੂੰ ਵੀ ਯੂਜ਼ ਕਰੀਏ ਨਾ ਭਰਾਵਾ ਮੈਂ ਤਾਂ ਕਹਿੰਦਾ ਅਗਰ ਬੱਚੀ ਬੋਲ ਸਕਦੀ ਹੁੰਦੀ ਨਾ ਉਹਨੇ ਦਿੱਤੇ ਕੇਸ ਕਰ ਦੇਣਾ ਸੀਗਾ ਵੈਸੇ ਮੈਨੂੰ ਲੱਗਦਾ ਕਿ ਹਾਂ ਆਪਣੀ ਕੰਟਰੀ ਵਿੱਚ ਇਦਾਂ ਦਾ ਕੋਈ ਮੰਨਦਾ ਨਹੀਂ ਹਣਾ ਕਿ ਉਹਨਾਂ ਨੇ ਕਿਹੜੀ ਫਾਲਤੂ ਦੀ ਗੱਲ ਕਰੀ ਨਾ ਵੀ ਆਰ ਪੇਰੈਂਟਸ ਬਟ ਬਾਹਰਲੀ ਕੰਟਰੀ ਵਿੱਚ ਦੇਖੂੰਗਾ ਨਾ ਕਿ ਹਾਂ ਉਹ ਆਪਣੇ ਬੱਚੇ ਦੀ ਵੀ ਪਰਮਿਸ਼ਨ ਦੇ ਹਿਸਾਬ ਨਾਲ ਥੋੜਾ ਚੱਲਦੇ ਲਾਈਕ ਉਹਦੀ ਅਗਰ ਉਹਨੂੰ ਕੁੱਟ ਮਾਰ ਲਓ ਤਾਂ ਵੀ ਅਗਲੇ ਭੈਣ ਚੋ ਕੇਸ ਕਰਾ ਦੇਗੀ ਬੱਚਾ ਕਹਿ ਲਊਗਾ ਮੈਨੂੰ ਹਰਾਸ ਕਰਦੇ ਪਈ ਆ ਉਹ ਗੱਲਾਂ ਬਾਅਦ ਹੀ ਹੋ ਗਈਆਂ ਪਰ ਇੱਕ ਫੇ ਵੀ ਦੇਖੋ ਕਿ ਆਪਣੇ ਬੱਚੇ ਨੂੰ ਕੰਟੈਂਟ ਬਣਾਇਆ ਪਿਆ ਤੁਸੀਂ ਕਿ ਨਹੀਂ ਹਰਗੁਣ 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 ਦੀਦੀ ਅੱਧੀ ਰਾਤ ਹੋ ਗਈ ਹੁਣ ਨਾ ਜਾਇਓ ਨਨਾਣ ਭਰਜਾਈ ਦਾ ਪਿਆਰ ਹਰਗੁਣ ਨੇ ਆਪਣੀ ਦਾਦਾ ਦਾਦੀ ਨਾਲ ਖੇਡ ਰਹੀ ਹਰਗੁਣ ਦੀ ਖੁਸ਼ੀ ਲਈ ਪ੍ਰੋਗਰਾਮ
ਪਹਿਲਾਂ ਲੱਗਦਾ ਸੀ ਬਟ ਹਾਂ ਹੁਣ ਯਕੀਨ ਹੋ ਗਿਆ ਕਿਉਂਕਿ ਛੋਟੇ ਬੱਚੇ ਨੂੰ ਕਿੱਦਾਂ ਪਾਲੀਦਾ ਇਹਨਾਂ ਨੂੰ ਬਿਲਕੁਲ ਨਹੀਂ ਆਉਂਦਾ ਆਓ ਦਿਖਾਨਾ ਹੂਟੇ ਮਾਟੇ ਮਿਲਦੇ ਕਾਕੇ ਨੂੰ ਹੂਟੇ ਮਾਟੇ ਮਿਲਦੇ ਹੂਟੇ ਮਾਟੇ ਮਿਲਦੇ ਤੇਰੇ ਝੂਟੇ ਮਾਟੇ ਦੇ ਚੱਕਰ ਚ ਤੇਰੇ ਕਾਕੇ ਦਾ ਨੁਕਸਾਨ ਹੋ ਜਾਣਾ ਸਾਲੇ ਉਹ ਪੜ੍ਹੇ ਲਿਖੇ ਨਹੀਂ ਹੈਗੇ ਪਰ ਫੇਰ ਵੀ ਤੇਰੀ ਮੰਮੀ ਵੀ ਮਾਂ ਬਣੇ ਆ ਜਾਂ ਉਹਨਾਂ ਨੇ ਹੋਰ ਵੀ ਤੂੰ ਨਿਆਣੇ ਪਾਲਦੇ ਲਿਖੇ ਹੋਣੇ ਆ ਕਿਹੜਾ ਆਪਣੇ ਜੰਮਦੇ ਜਿਹੜੇ ਬੱਚੇ ਨੂੰ ਦੋ ਤਿੰਨ ਵੀਕ ਦਾ ਹੈ ਦੋ ਤਿੰਨ ਹਫ਼ਤਿਆਂ ਦਾ ਉਹਨੂੰ ਸ਼ੇਕ ਕਿੱਦਾਂ ਕਰਦਾ ਪਿਆ ਗੂਗਲ ਤੇ ਸਰਚ ਕਰ ਲਈ ਤੈਨੂੰ ਮੈਂ ਤੇਲੇ ਆ ਨਾਲ ਫੋਟੋ ਵੀ ਪਤਾ ਲੱਗਣਾ ਕਿ ਹਾਂ ਐਵੇਂ ਪਕਾਈ ਮਾਰਦਾ ਪਹਿਲਾਂ ਸਾਰਾ ਦੇਖੀਦਾ ਫੇਰ ਬੋਲੀਦਾ ਹਜੇ ਮੇਰਾ ਨਿਆਣਾ ਨਹੀਂ ਆਇਆ ਪਰ ਥੋੜੀ ਨੌਲੇਜ ਰੱਖੀ ਦੀ ਹੁੰਦੀ ਆ ਮੈਂ ਜੋ ਉੱਥੇ ਲਿਖਿਆ ਹੋਇਆ ਸਾਫ਼ ਸਾਫ਼ ਕਿ ਹਾਂ ਆਪਣੇ ਬੱਚੇ ਨੂੰ ਅਗਰ ਸ਼ੇਕ ਕਰਾਂਗੇ ਨਾ ਜਿਹੜੇ 9 ਮਹੀਨੇ ਤੱਕ ਵੀ ਕਰਾਂਗੇ ਨਾ ਸ਼ੇਕ ਉਹ ਥੋੜਾ ਮੈਂਟਲੀ ਵੀ ਉਹਦਾ ਬ੍ਰੇਨ ਡੈਮੇਜ ਹੋ ਸਕਦਾ ਜਾਂ ਬਲਾਈਂਡ ਵੀ ਹੋ ਸਕਦਾ ਉਹਦਾ ਹੱਥ ਪੈਰ ਜੇ ਮੁੜ ਗਿਆ ਨਾ ਉਦਾਂ ਦਾ ਉਦਾਂ ਹੀ ਰਹਿ ਜਾਊਗਾ ਫੇਰ ਭੈਣ ਜੋ ਕਹਿਣਾ ਕਿ ਹਾਂ ਵਾਹਿਗੁਰੂ ਨੇ ਸਾਡਾ ਮਾੜੀ ਕੀਤੀ ਰੱਬ ਨੇ ਸਾਡਾ ਮਾੜੀ ਕੀਤੀ ਯਾਰ ਅਸੀਂ ਇਦਾਂ ਕੀ ਕੀਤਾ ਗਾ ਸਾਡਾ ਕੀ ਕਸੂਰ ਆ ਚਲੋ ਸਾਡਾ ਬੱਚਾ ਸਪੈਸ਼ਲ ਚਾਈਲਡ ਉਹਨੂੰ ਸਪੈਸ਼ਲ ਚਾਈਲਡ ਬਣਾਉਣਾ ਹੀ ਕਿਉਂ ਆ ਪਰਵਰਿਸ਼ ਕਰ ਲਓ ਚੱਜ ਨਾਲ ਜੇ ਸਾਨੂੰ ਹਿਲਾਉਣ ਲੱਗੇ ਆ ਭਰਾਵਾ ਤੱਕੜੀ ਤਾਂ ਹੈ ਨਹੀਂ ਜਿਹੜੇ ਭਾਰ ਤੋਲਦੇ ਪਏ ਆ ਉਦਾਂ ਦੇ ਉਹਦੇ ਘਰ ਦੇ ਆ ਮੈਨੂੰ ਲੱਗਦਾ ਦੀਪ ਮਠਾਰੂ ਨੂੰ ਵੀ ਛੋਟੇ ਹੁੰਦੇ ਉਹਨੇ ਐ ਹਿਲਾਇਆ ਤਾਂ ਹੀ ਉਹ ਥੋੜਾ ਜਿਹਾ ਸਿਸਟਮ ਇਹਦਾ ਖਰਾਬ ਚੱਲਦਾ ਪਤਾ ਖਲੋ ਗਈ ਜੇ ਆਪਣੇ ਪੈਰਾਂ ਭਾਰ ਖਲੋਤਾ ਜੀ ਆਪਣੀਆਂ ਲੱਤਾਂ ਤੇ ਕਰ ਲੜੀ ਪੂਰੇ ਭਾਰ ਨੇ ਪਾਇਆ ਆਪਣੀ ਲੱਤਾਂ ਤੇ ਹੈ ਲੜੀ ਜੀ ਫੜੋ ਮੋਢਿਆਂ ਤੋਂ ਨਾ ਫੜੋ ਭਰਾ ਤੂੰ ਕਦੀ ਕੋਈ ਇਨਸਾਨ ਦੇਖਿਆ ਜਿਹਦੇ ਗੋਡੇ ਅੰਦਰ ਨੂੰ ਜੁੜੇ ਹੁੰਦੇ ਆ ਕਈਆਂ ਦੀ ਲੱਤਾਂ ਦੇ ਵਿੱਚ ਥੋੜਾ ਫਰਕ ਹੁੰਦਾ ਹੈ ਉਹ ਇਹਨਾਂ ਕਰਕੇ ਹੁੰਦਾ ਕਿ ਭਾਵੇਂ ਜੰਮਦੇ ਬੱਚੇ ਨੂੰ ਮੰਨਿਆ ਕਿ 2 ਕੁ ਮਹੀਨੇ ਦਾ ਬੱਚਾ ਜਦੋਂ ਆਪ ਹੀ ਥੋੜਾ ਉਹਨੂੰ ਟਰਾਈ ਕਰਾਵਾਂਗੇ ਉਹ ਖੜਾ ਹੋ ਸਕਦਾ ਉਹ ਸਟੇਬਲ ਆ ਬਟ ਫੇਰ ਵੀ ਆ ਚੈੱਕ ਆ ਪੜਦਾ ਆਨੇ ਆ ਭੈਣ ਚੋਂ ਪੂਰਾ ਦੇਖ ਕੇ ਫੇਰ ਬੋਲਣ ਦਾ ਮੈਂ ਵੀ ਕਿ ਹਾਂ ਬੱਚਾ ਹੈ 2-3 ਵੀਕਾਂ ਦਾ ਆਇਆ ਤੇ ਉਹਨੂੰ ਪੈਂਚੇ ਦੇ ਲੱਤਾਂ ਦੇ ਸਾਰਾ ਭਾਰ ਬਣ ਰਿਹਾ ਜਦੋਂ ਬੜ ਗਈਆਂ ਫਿਰ ਤੁਸੀਂ ਅਰਦਾਸਾ ਕਰਦੇ ਫਿਰਨਾ ਕਿ ਹਾਂ ਇੱਥੇ ਪੁੱਤਰ ਦੀ ਦਾਤ ਹੁੰਦੀ ਸੀ ਇੱਥੇ ਇਹ ਹੁੰਦਾ ਸੀ ਹੁਣ ਆਪਾਂ ਲੱਤਾਂ ਦੀ ਦਾਤ ਲੱਭ ਲਈਏ ਕਿੱਥੋਂ ਹੁੰਦੀ ਆ ਥੋੜਾ ਜਿਹਾ ਅਕਲ ਨੂੰ ਹੱਥ ਮਾਰ ਲਿਆ ਕਰੋ ਤੁਹਾਡੇ ਪੇਰੈਂਟਸ ਵੀ ਉਦਾਂ ਦੇ ਹੈਗੇ ਭਰਾਓ ਉਹਨਾਂ ਨੇ ਤੈਨੂੰ ਵੀ ਪਾਲਿਆ ਨਾ ਤੇਰੀ ਭੈਣ ਵੀ ਹੈਗੀ ਉਹਨੂੰ ਪਾਲਿਆ ਉਹ ਕਿੱਦਾਂ ਪਲ ਗਏ ਬਟ ਦੇਖਿਆ ਜਾਵੇ ਤਾਂ ਹੈ ਕਮਲ ਹੀ ਆ ਤੁਸੀਂ ਭੈਣ ਚੋ ਕਿ ਹਾਂ ਤੇਰੇ ਤਾਂ ਡਿਫੈਕਟ ਹੈਗਾ ਮਾੜਾ ਮੋਟਾ ਸਮਝ ਸਕਦਾ ਹੁਣ ਕਿ ਤੈਨੂੰ ਤੇਰੀ ਗਲਤੀ ਨਹੀਂ ਸੀ ਕੋਈ ਜਿੱਧਰੋਂ ਹੋਈ ਆ ਉਧਰੋਂ ਭੈਣ ਚੋ ਤੇਰੇ ਬੱਚੇ ਵੱਲ ਵੀ ਜਾਣ ਦੀ ਆ ਥੋੜਾ ਸੰਭਾਲ ਕੇ ਰੱਖੋ ਵੇਖਿਓ ਵੇਖਿਓ ਕਿਤੇ ਕਿਤੇ ਹੱਸਦੀ ਵੇਖਿਓ ਕੱਲੀ ਵਿਧ ਮਾਤਾ ਨਾਲ ਖੇਡਣ ਦੀ ਓਹ ਵੇਖਿਓ ਵੇਖੇ ਹੱਸੀ ਨਾ ਵੇ ਗੱਲ ਕਹਾਂ ਤੇਰੀ ਯਾਰ ਕੁੜੀ ਬੜੀ ਕਿਊਟ ਲੱਗਦੀ ਦੀ ਹੈ ਤੂੰ ਤੇ ਕੈਪਸ਼ਨ ਪਾਈ ਸੀ ਆ ਵਲੌਗ ਦੇ ਉੱਪਰ ਕਿ ਹਾਂ ਕਿ ਅੱਜ ਬਹੁਤ ਖੁਸ਼ ਹੋ ਰਹੀ ਆ ਸਾਡੀ ਕੁੜੀ ਬਹੁਤ ਹੱਸੀ ਆ ਕੋਈ ਨਜ਼ਰ ਨਾ ਲਾ ਦੇਵੇ ਤੇ ਭੈਣ ਵਲੌਗ ਕਿਉਂ ਪਾਇਆ ਪਹਿਲਾਂ ਫੇ ਵਲੌਗ ਪਾਇਆ ਆ ਵਲੌਗ ਪਾਣਾ ਪੂਰੀ ਸ਼ਕਲ ਦਿਖਾਓ ਆਪਣੀ ਪੂਰੇ ਘਰ ਦੀ ਸਾਰੀ ਪ੍ਰਾਈਵੇਸੀ ਸਾਰੀ ਆਪਣੀ ਹੈਪੀ ਮੂਮੈਂਟਸ ਦਿਖਾਓ ਅਸੀਂ ਕੀ ਕਰਦੇ ਪਏ ਆ ਕੀ ਨਹੀਂ ਕਰਦੇ ਪਏ ਆ ਅਸੀਂ ਕੌਣ ਜੰਮ ਪਿਆ ਕੌਣ ਕੀ ਆ ਕੌਣ ਨਹੀਂ ਉਸ ਤੋਂ ਬਾਅਦ ਕਹਿੰਦੇ ਕਿ ਸਾਨੂੰ ਨਜ਼ਰ ਲੱਗ ਗਈਆਂ ਹੋਰ ਤੁਹਾਨੂੰ ਭੈਣ ਜੋ ਅੰਬ ਲੱਗਣ ਨਜ਼ਰ ਹੀ ਲੱਗਣੀ ਕਿ ਹਾਂ ਪੇੜ ਤਾਂ ਹੈ ਨਹੀਂ ਤੂੰ ਕਿ ਹਾਂ ਬੇਰੀਆਂ ਲੱਗ ਜਾਂਦੇ ਤੈਨੂੰ ਮੂੰਹ ਭਾਵੇਂ ਤੇਰਾ ਜੂਹ ਚੂਪੇ ਅੰਬਰ ਦਾ ਹੈਗਾ ਪਰ ਨਹੀਂ ਵੀਰ ਇੱਦਾਂ ਨਹੀਂ ਨਜ਼ਰ ਤੁਸੀਂ ਜੋ ਕਹਿੰਦੇ ਨਾ ਕਿ ਹਾਂ ਦੇਖ ਤੈਨੂੰ ਸਿੱਧੀ ਗੱਲ ਸਮਝਾਉਣਾ ਲੋਕਾਂ ਦੇ ਇਸ ਟਾਈਮ ਦੇ ਵਿੱਚ ਨਾ ਲੋਕਾਂ ਦੇ ਦਿਮਾਗ 'ਚ ਨਾ ਬਹੁਤ ਚੀਜ਼ਾਂ ਚੱਲਦੀਆਂ ਬਹੁਤ ਨੈਗੇਟਿਵਿਟੀ ਫੈਲੀ ਹੋਈ ਆ ਸਾਰੇ ਪਾਸੇ ਹਰ ਕਿਸੇ ਨੂੰ ਕੰਮ ਦੀ ਟੈਨਸ਼ਨ ਆ ਕਿਸੇ ਨੂੰ ਵਿਆਹ ਦੀ ਟੈਨਸ਼ਨ ਆ ਕਿਸੇ ਨੂੰ ਪਿਆਰ ਦੀ ਟੈਨਸ਼ਨ ਆ ਕਿਸੇ ਨੂੰ ਪੈਸੇ ਦੀ ਟੈਨਸ਼ਨ ਆ ਕਿਸੇ ਨੂੰ ਆਪਣੀ ਵੱਧਦੀ ਉਮਰ ਦੀ ਟੈਨਸ਼ਨ ਹੋਣ ਦੀ ਆ ਕਿ ਹਾਂ ਕੰਮ ਨਹੀਂ ਮਿਲਦਾ ਬਹੁਤ ਕੁਝ ਚੀਜ਼ਾਂ ਚੱਲਦੀਆਂ ਪਈਆਂ ਉਹਨਾਂ ਵਿੱਚ ਜੋ ਤੁਹਾਡੇ ਵਲੌਗਸ ਆਉਂਦੇ ਨਾ ਅਗਲੇ ਉਹ ਤੁਹਾਨੂੰ ਦੇਖਦੇ ਜ਼ਰੂਰ ਆ ਪਰ ਉਹਨਾਂ ਦੇ ਮਨ 'ਚ ਕਦੇ ਨਾ ਕਦੇ ਇਹ ਗੱਲ ਜ਼ਰੂਰ ਆਉਂਦੀ ਹੋਊਗੀ ਕਿ ਯਾਰ ਇਹ ਕਿੱਦਾਂ ਖੁਸ਼ ਹੈ ਅਤੇ ਸਾਡੀ ਜ਼ਿੰਦਗੀ ਕਿਉਂ ਨਹੀਂ ਇੱਦਾਂ ਸੋ ਉਹ ਚੀਜ਼ ਨੂੰ ਹਮੇਸ਼ਾ ਇੱਕ ਰੀਅਲ ਲਾਈਫ ਵਾਂਗੂ ਦਿਖਾਇਆ ਕਰੋ ਕਿ ਹਾਂ ਆਪਣੇ ਅਗਰ ਖੁਸ਼ੀਆਂ ਦਿਖਾਉਣੇ ਨਾ ਆਪਣੇ ਦੁੱਖ ਵੀ ਦਿਖਾਇਆ ਕਰੋ ਆਪਣੀ ਡੇਲੀ ਲਾਈਫ 'ਚ ਜਿਹੜੀ ਚੀਜ਼ਾਂ ਘਰੋਂ ਗਾਲਾਂ ਝਿੜਕਾ ਕੁਛ 36 ਚੀਜ਼ਾਂ ਹੋਰ ਹੁੰਦੀਆਂ ਨਾ ਉਹ ਵੀ ਦਿਖਾਇਆ ਕਰੋ ਐਟਲੀਸਟ ਲੋਕਾਂ ਨੂੰ ਲੱਗੇ ਕਿ ਨਹੀਂ ਇਹ ਵੀ ਸਾਡੇ ਵਰਗੇ ਹੀ ਆ ਹਮੇਸ਼ਾ ਸਿਰਫ ਇੰਨੇ ਇੰਨੇ ਪਟ ਕਟ ਲਾਣਗੇ ਇਹ ਬਹੁਤ ਖੁਸ਼ ਆ ਜੇ ਇਹ ਹੋ ਗਿਆ ਜੋ ਹੋ ਗਿਆ ਬਲਾ 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 ਮਜ਼ੇਦਾਰ ਆ ਗਿਆ ਵੀਰ ਲੋਕਾਂ ਦਾ ਦਿਮਾਗ ਖਰਾਬ ਕਰਨਾ ਗੁੜੀਆ ਦਾ ਜਿਹੜਾ ਨਾਮ ਕਢਵਾਉਣ ਵਾਸਤੇ ਤੇ ਉਹ ਪਹਿਲਾ ਵਾਕ ਦਾ ਅੱਖਰ ਜਿਹੜਾ ਪਹਿਲਾ ਆਇਆ ਆ ਹਾਹਾ ਆਇਆ ਜਾਣੇ ਇੱਕ ਵਾਰੀ ਜ਼ਰੂਰ ਦੱਸਿਓ ਵੀ ਹਾਹੇ ਦੇ ਵਿੱਚ ਕਿਹੜੇ ਕਿਹੜੇ ਨਾਮ ਆ ਮੈਂ ਦੱਸਾਂ ਹਾਹੇ ਤੋਂ ਨਾਮ ਇਦਾਂ ਲੱਗਲਾ ਹਰਜੋਤ ਰੱਖ ਲਾ ਕਿਉਂਕਿ ਜਿਹੜੀ ਹਰਜੋਤ ਅਮਰੀਕਾ ਵਾਲੀ ਸੀ ਤੇਰੀ ਸਹੇਲੀ ਉਹ ਤਾਂ ਤੇਰੀ ਹੋ ਨਹੀਂ ਸਕੀ ਸਾਡੀ ਹਰਜੋਤ ਕੋਲ ਚੱਲਣ ਦੀ ਆ ਵੇਖ ਮੇਰੀ ਮੰਮੀ ਕਲਪਨਾ ਮੰਮੀ ਕਿੰਨੇ ਮਰਵਾਇਆ ਤੇਰਾ ਪੁੱਤ ਦੱਸ ਦੇ ਹਰਜੋਤ ਨੇ ਆ ਮੇਰੇ ਸਲਫਾ ਦੇ ਇੱਕ ਮਿੰਟ ਆ ਵੇਖੋ ਸਾਰੀ ਖਿੰਦਰੀ ਪਈ ਉਹਦੇ ਨਾਂ ਦੀ ਇੱਕ ਚੱਲ ਕੁੜੀ ਹੈਗੀ ਤੇ ਨਾਂ ਹਾਹਾ ਨਿਕਲਣਾ ਹਰਜੋਤ ਹੀ ਰੱਖ ਲਾ ਐਟਲੀਸਟ ਤੇਰਾ ਕਦੀ ਜਦੋਂ ਵੱਡੀ ਹੋ ਗਈ ਤੇਰਾ ਡਾਂਟ ਦਾ ਦਿਲ ਕੀਤਾ ਕਿ ਇਹਨੇ ਕੋਈ ਗਲਤ ਕੀਤੀ ਡਾਂਟ ਤਾਂ ਸਾਦਾ ਉਹਨੇ ਤੇਰੀ ਮਾੜੀ ਵੀ ਨਹੀਂ ਸੁਣੀ ਸੀ ਭਾਵੇਂ ਨਕਲੀ ਸਲਫਾਸ ਵੀ ਖਾਲੀ ਸੀ ਬਟ ਫੇਰ ਵੀ ਹਰਜੋਤ ਰੱਖ ਲੈ ਬੈਸਟ ਰਹੂਗਾ ਵੈਸੇ ਜੇ ਰੋਜ਼ਾਨਾ ਡਾਟਾ ਕਿੱਥੇ ਕੰਮ ਹੁੰਦਾ ਵੇਖਿਓ ਹਾਂ ਅਹਾਂ ਚੱਤ ਮਾਰਦੇ ਮਾਰਦੇ ਗਾਣਾ ਚਲੋ ਜੀ ਜੰਮੀ ਜਿਹੜੀ ਉਹ ਅਗਲੀ ਲਾਸਟ ਲਈ ਹੈ ਵਾਹ ਮਾਰੇ ਬਹੁਤ ਵਧੀਆ ਤਰੀਕੇ ਨਾਲ ਰੱਖ ਰਹੇ ਹੋ ਭਰਾਵੋ ਉਹਦੀ ਉਮਰ ਦੇਖ ਲੈ ਕੀ ਹੈ ਤੈਨੂੰ ਕੱਪੜੇ ਕਿਹੜੀ ਸਾਲ ਦੇ ਹੋ ਬੱਚੇ ਦੇ ਪਾਉਣ ਦੇ ਕਿ ਹਾਂ 1.5-2 ਸਾਲ ਦੇ ਬੱਚੇ ਦੇ ਕੱਪੜੇ ਪਾਉਣ ਦੇ ਹੋ ਉਮਰ ਉਹਦੀ ਹਜੇ ਮਹੀਨਾ ਵੀ ਨਹੀਂ ਹੋਈ ਸੀਗੀ ਤੇ ਤੁਸੀਂ ਭਰਾਵਾ ਰਬੜ ਬੈਂਡ ਲਾਉਣ ਦਿਓ ਲਾਸਟਿਕ ਹੁੰਦੀ ਆ ਬੱਚੇ ਦੀ ਸਕਿਨ ਇਸ ਟਾਈਮ ਪੋਲੀ ਹੁੰਦੀ ਆ ਬੱਚੇ ਦੀ ਬਾਡੀ ਵਿੱਚ ਇਸ ਟਾਈਮ ਵਾਟਰ ਹੁੰਦਾ ਹੈ ਕਿ ਹਾਂ ਨਹੀਂ ਤੁਸੀਂ ਭਾਵ ਉਹਨੂੰ ਨੱਪੀ ਜਾਓ ਨੱਪੀ ਜਾਓ ਨੱਪੀ ਜਾਓ ਉਹਨੂੰ ਇੱਦਾਂ ਕਿ ਹਾਂ ਟਾਈਟ ਕਰ ਦਈਏ ਇਹਦਾ ਕੋਈ ਖੁੱਲ੍ਹਾ ਨਾ ਹੋਵੇ ਸਾਲਿਓ ਪੈ
कि जूड़ा थोड़ी हैगा केड़ी गल हैगी बच्चा है वो ओदी स्किन पोली तेरे वो खोते दा मास नहीं लगा कि हां ना अकल दा कोई असर पैंदा ते ना ही शरीर ते राम जी मेरे गुणगर है एले सीत नहीं कर ली कि काके ने यार मैं दुनिया की पहली फैमिली देखी जिन्हें अपने न्याने पैदा हो चुके उन्होंने न्याने वड्डे किए उस तो बाद देखो रिश्तेदार भी कोई हो जाता है यार बच्चा फड़न हर एक जांच होता कि हाँ जो छोटा बच्चा होंगे ना जो जमे हों हौली धोन तो फड़ी होंगे करिए धोन धून मुड़ गई फिर कोई परवाह नहीं साडा ब्लॉग बनना चाहिए ब्लॉग कुड़ी के नाते पाना पैना कि अद्धी रात को तंग किया फेस रिवील करा फिर भी दो ब्लॉग आते कि अज दसा नाम की रखना अज दसा नाम रखा की है अज दसा फेस रिवील कदों कराने अज दसा फेस की है वह या कि हाँ उन्हें क्यों मुंडा हो कुड़ी हुई गैस करो भैन चो जनता ने कन्फ्यूज किया उधर जनता वाओ भैया वाओ दीदी जीजू भाभी भैन चो लगे होते कि ना इस ये वो इदा उदा सलो यार तुम उदा कभी आप नहीं फील होंगे कि हाँ नहीं तेनू कहंदे होए भी शर्म नहीं आई पांदे होए तां चलो की आनी आ जिहड़ा कह सकदा उह व्लॉग पा भी सकदा अपनी बोटी दे कल्ला कल्ला सूट चक के दिखाऊगा कि हां नहीं देखो मेरी बोटी केड़े कपड़े पांदी आ आओ देख लिए भाभी दी फिटिंग इसकी 4500 रुपए दी लई हैगी भाई एक और ठीक है माधुरी दीक्षित जी और दसो कपड़े रिपीट नहीं करते मेरे ख्याल लेडी सुखी दा ही बनी फिरदी ओ ओ गाना कहंदा कि कपड़े रिपीट नहीं करता उधर 4500 दी लेके जी एक बारी पाई है ठीक है वधिया यार वेले व्याह के पैसे आउंदे ना तही तां कमा के दित्ते आ ए देखो रुपया नहीं जुड़ना ही जैसा नहर जो उधर ढड मरे ही है इनू कहंदे सुनियो अल्लाह जी टॉप आ ए भी हुण दे दे किरण जोगा ले लिया एक ले लिया संदीप जोगा ले इतने अंकल जी की कहां अंकल जी आप सलवार ही जाके देखने की केड़ी फिट आऊगी केड़ी नहीं आऊगी यार कहो जा सोरा वीरे तू वीरे तो नहीं होया अंकल जी कहो जी सोरे हो तुम अपनी नूहां दे कपड़े चेक करते रहे उत्तों थंबनेल चेक कीता चेक करो थंबनेल डैडी ने संदीप नू गुस्से विच कहा शॉपिंग करनी बंद कर तानू एक बार समय नहीं आती रोज शॉपिंग करना चंगा नहीं हुंदा दीप नहीं अज बचदा ठीक है भैन चो कि सोरा हुंदा कि जिहड़ी जनानी सॉरी जनानी नहीं जिहड़ी नूह बाहरो शॉपिंग करके आई ते भैन चो आप आ के लिफाफे दे अच्छा आ सलवार लै गई वाह प्रिंट बड़ा घेंट आया जी सूट सूट दिखाई बुगे तेरे फिटिंग नहीं बुगे नहीं सॉरी नो तेरे फिटिंग नहीं थोड़ी टैट होगी बस चल कोई नहीं मस्त लगूंगी सारा सोरे वाला काम करो थोड़ा जा थोड़ा बढ़िया करो अंकल तुम अपनी दाढ़ी वाली देखो थोड़ा ध्यान ना देखो कि हाँ तुम उम्र देखो अपनी तुम की पोस्ट कर रहे हो की पा रहे हो तो कोई शर्म लिया है नहीं कि हाँ आप की करना की नहीं करना बस नहीं मुंडे ने कहा व्यू आन के पैसे आन के ठीक है भरावा मेरे पैसे भी आते यूट्यूब तो पर मेरे घर के मेरे तो डिपेंड नहीं है मेरे घर के अपना भी करते मैं कभी नहीं कहते कि हाँ अपनी तू वीडियो होर पा ताकि होर पैसे आते सू कुछ लैके दे सगो मैंने कहते कि भरावा जो करना चाहिए करी तेरे से कोई कलेश ना पवे या कोई गल होर ना हो हमेशा समझा कि अपने पैसे जे कमाना अपने को जोड़ के रख तेरे ब्याह तो बाद तेरे काम आओगे तो तु ही भैया जो खेड़ ही समझ लिया सोरा चेक करने अपनी नूह के भरावा कि दुनिया के संस्कार चलते मैंने यही समझ आ गया बाकी अज की वीडियो इन्नी सी क्योंकि 7 दिन बाद कुछ पोस्ट कर लगा सो मैं देख लगा ट्राई की हाँ वीडियो चलती कि नहीं चलती बट एक छोटी रिक्वेस्ट कर लगा कि हाँ मेरे चैनल की नोटिफिकेशन सारिया बंद हो गई होनी है सो एक करी जिन्होंने बैल आइकन नहीं प्रेस किया वो जाके दोबारा बैल आइकन प्रेस कर दो जिन्होंने किया हो एक करी उन्होंने हटा के बैल आइकन दोबारा प्रेस कर दो ताकि वो अपडेट हो जाए चैनल पूरा डाउन जाना इस टाइम क्योंकि स्ट्राइक पई हुई है चैनल के अरमान मलिक भाई उन्होंने भी खबर ले लेंगे बाद चो कि करना उन्होंने की नहीं करना बट पहला आप अपना काम करिए 185K हो जरूर सबसक्राइब जरूर करियो सबसक्राइब करना ना भूलियो आप 200K छेती छेती पहुंचीए तो अगे भी आप होर चीज़ा पाते रहिए आ महीने अगे अपना काम लेट हो गया 100 महीने पूरी वीडियो नहीं आई कोई एक आई सी वो भी उठ गई बार बार छोटी जी रिक्वेस्ट करता बैल आइकन प्रेस करना ना भूलियो तो सबसक्राइब करना ना भूलियो एंड हाँ हो सकता इस वीडियो की रीच घट मिले अगर तेरे को थोड़ा जहा एक्स्ट्रा टाइम होया तो प्लीज़ वीडियो में शेयर करना ना भूलियो अपना ओपीनियन कॉमेंट्स दे सकते हो नैक्सट वीडियो कितने देखना चाहते हो वो भी दस दियो बाकी मिलते हैं छेती नवी एक वीडियो के बाय बाय।